ਉਹ ਜਿਹਨਾਂ ਉਹਨਾਂ ਦੀਆਂ ਦੁਆਵਾਂ ਮਿਲੀਆਂ ਨਾ ਅਜਾ ਸਾਹਿਬ, ਨਾ ਕਦੇ ਮੇਰੇ ਦੇਨ ਦੇ ਵਿੱਚ ਆਇਆ ਕਿ ਮੈਂ ਸਿੱਖ ਹਾਂ, ਨਾ ਉਹਨਾਂ ਦੇ ਆਇਆ ਕਦੇ ਵੀ ਇਹ ਸਿੱਖ ਆ ਕਿ ਅਸੀਂ ਮੁਸਲਮਾਨ ਹਾਂ। ਕਿਸੇ ਨੇ ਅੱਜ ਤੱਕ 35 ਸਾਲ ਕਿਸੇ ਨੇ ਮੈਨੂੰ ਇਹ ਨਹੀਂ ਕਿਹਾ ਕਿ ਤੂੰ ਸਿੱਖ ਇੱਥੇ ਆ ਕੇ। ਹਾਂਜੀ, ਉਸ ਤੋਂ ਟਾਈਮ ਟੂ ਟਾਈਮ ਫਿਰ ਇਸ ਤਰ੍ਹਾਂ ਦਾ ਇੱਕ ਕੰਮ ਚੱਲਦਾ ਰਿਹਾ, ਸੇਵਾਵਾਂ ਮਿਲਦੀਆਂ ਰਹੀਆਂ। ਉਸ ਤੋਂ ਬਾਅਦ ਮੈਨੂੰ ਫਿਰ ਇੱਥੇ ਟੋਰਾਂਟੋ ਦੇ ਵਿੱਚ ਇੱਕ ਸਾਡੇ ਭਾਈ ਜਾਨ ਮੁਹੰਮਦ ਨਜ਼ੀਰ ਨੇ, ਉਹ ਪੁਲਿਸ ਦੇ ਵਿੱਚ ਸੀਗੇ, ਮੁਣ ਤੋਂ ਕੋਈ ਆਦਮੀ ਆਪਣਾ ਆਦਮੀ ਪੁਲਿਸ ਦੇ ਵਿੱਚ ਨਹੀਂ ਸੀ, ਇੱਕ ਉੱਧਰ ਦਾ ਚੜ੍ਹਦੇ ਪੰਜਾਬ ਦਾ ਸੀ ਅਬਰਾਡ ਦੇ ਕੇ ਸੀਗੇ। ਤੇ ਇਹ ਫਿਰ ਮੈਨੂੰ ਲੱਭਦੇ ਰਹੇ, ਇਹ ਸੈਣੀਵਾਲ ਉਹ ਪਿੰਡ ਪੈਂਦੇ ਨੇ ਜਿਹੜਾ ਸ਼ਾਹਕੋਟ ਰੋਡ ਪੈਂਦਾ ਨਨਕਾਣਾ ਸਾਹਿਬ ਤੋਂ 15 ਕਿਲੋਮੀਟਰ ਤੇ ਸੈਣੀਵਾਰ ਨੇ, ਮੈਂ ਵੀ ਸੈਣੀ ਆ। ਉਹ ਸੈਣੀਵਾਰ ਸੈਣੀ ਕਾਸਟ ਜਿਹੜੀ ਸੀ ਸਾਡੀ, ਇਹ ਸਾਰੇ ਸੈਣੀ ਉੱਥੋਂ ਆਏ ਹੋ ਸਕੇ। ਉਹਨਾਂ ਨੇ ਆ ਕੇ ਇੱਧਰ ਸੈਣੀਵਾਰ ਆ ਕੇ ਇੱਧਰ ਆ ਕੇ ਸਕੂਲ ਖੋਲੇ, ਕਾਲਜ ਵੀ ਖੋਲੇ ਤੇ ਯੂਨੀਵਰਸਿਟੀਆਂ ਵੀ ਬਣਾਈਆਂ। ਉਹ ਸਾਰੇ ਦੇ ਸਾਰੇ ਉੱਥੋਂ ਆਏ। ਇਹ ਮੈਨੂੰ ਕਹਿੰਦਾ ਮੈਂ ਸੈਣੀਵਾਰ ਤੋਂ 4 ਚੱਕ ਤੋਂ ਆ ਯਾਰ, ਤੇ ਇਹਦਾ ਮੈਨੂੰ ਟੈਲੀਫੋਨ ਆਇਆ ਵੀ ਯਾਰ ਮੈਂ ਉੱਥੇ ਦਾ ਜੰਮ ਪਾਲਿਆ, ਮੀਤੀ ਇਹ ਕੰਮ ਨਹੀਂ ਹੁੰਦਾ ਤੇ ਤੂੰ ਕਿਵੇਂ ਜਾ ਕੇ ਖੜਦਾ। ਮੈਂ ਐਵੇਂ ਉਹਨੂੰ ਮਜ਼ਾਕ ਦੇ ਵਿੱਚ ਕਹਿਤਾ, ਮੈਂ ਕਿਹਾ ਯਾਰ ਜਿਸ ਬਾਬੇ ਦੀ ਧਰਤੀ ਆ ਨਾ, ਉਹ ਬਾਬੇ ਦਾ ਨਾਂ ਰੱਖਦੇ ਕੰਮ ਤੇਰਾ ਚੱਲ ਪਏਗਾ। ਇੰਨੀ ਸੋਚਿਆ, ਉਹਨੂੰ ਉਹਦਾ ਨਾਮ ਰੱਖ ਦਿੱਤਾ ਗੁਰੂ ਨਾਨਕ ਬਾਬਾ ਫਰੀਦ ਟਰੱਸਟ ਹੋਸਪਿਟਲ। ਅਸੀਂ ਅਨਾਊਂਸਮੈਂਟ ਕੀਤੀ ਕਿ ਐਤਕੀ ਕੈਂਪ ਉੱਥੇ ਲੱਗੇਗਾ, ਕਿਉਂਕਿ ਪ੍ਰੋਬਲਮ ਸਾਨੂੰ ਬਹੁਤ ਆਈਆਂ ਗੁਰਦੁਆਰਿਆਂ ਦੇ ਵਿੱਚ ਕੈਂਪ ਲਾਉਣ ਵਾਸਤੇ ਨਾ, ਸਿਕਿਉਰਿਟੀ ਵਾਲੇ ਤੰਗ ਖੜਦੇ ਹੁੰਦੇ ਸੀਗੇ ਕਾਫੀ, ਤੇ ਹੋਰ ਬੜੀਆਂ ਪ੍ਰੋਬਲਮ ਸੀ। ਜਦੋਂ ਅੰਦਰ ਲੋਕ ਵੜਦੇ ਸੀ, ਉਹ ਅੰਦਰ ਜਾ ਕੇ ਨਾ ਦੇਖਣਾ ਚਾਹੁੰਦੇ ਸੀਗੇ, ਕਈ ਸਿਗਰਟਾਂ ਪੀਣ ਲੱਗ ਪੈਂਦੇ ਸੀ, ਕੋਈ ਨੰਗੇ ਸਿਰ ਚਲੇ ਜਾਣਾ, ਜਦੋਂ ਉਹਨਾਂ ਨੂੰ ਕਹਿਣਾ ਉਹਨਾਂ ਨੇ ਲੜਨਾ, ਇਹ ਸਿਕਿਉਰਿਟੀ ਵਾਲਿਆਂ ਨੇ ਬੰਦ ਕਰ ਦਿੱਤਾ ਸੀ ਉਹਨਾਂ। ਐਨੀਵੇ, ਫਿਰ ਨਜ਼ੀਰ ਭਾਜੀ ਨੇ ਕਿਹਾ ਵੀ ਮੈਨੂੰ ਵੀ ਤੂੰ ਮੇਰੇ ਯਾਰ ਬਿਲਡਿੰਗ ਹੈਗੇ, 4 ਏਕੜ ਜ਼ਮੀਨ ਆ, ਮੈਂ ਬਿਲਡਿੰਗ ਬਣਾਈ ਆ, ਮੇਰਾ ਕੰਮ ਨਹੀਂ ਚੱਲਦਾ ਤੇ ਮੈਂ ਖੋਲ ਹੀ ਨਹੀਂ ਸਕਿਆ। ਅੱਛਾ, ਅਸੀਂ ਰੱਖ ਦਿੱਤਾ, ਅਨਾਊਂਸਮੈਂਟ ਕਰ ਦਿੱਤੀ ਤੇ ਮੈਨੂੰ ਇਹ ਨਨਕਾਣਾ ਸਾਹਿਬ ਤੋਂ ਵਾਈਫ ਨੂੰ ਤੇ ਮੈਨੂੰ ਇਹ ਕਾਰ ਦੇ ਵਿੱਚ ਲੈ ਕੇ ਜਾ ਰਹੇ ਆ। ਰਸਤੇ ਚ ਮੈਨੂੰ ਜਾਂਦਾ ਕਹਿੰਦਾ ਯਾਰ ਗੁਰਚਰਨ ਕੋਈ ਆ ਵੀ ਜਾਊਗਾ। ਮੈਂ ਕਿਹਾ ਯਾਰ ਇਹ ਕਿਹੜੀ ਗੱਲ ਆ, ਜਿਹਦੇ ਨਾਂ ਤੇ ਤੂੰ ਹੋਸਪਿਟਲ ਬਣਾਇਆ, ਦਾਗ ਉਹਨੂੰ ਲੱਗੇਗਾ ਸਾਨੂੰ ਕਾਹਦਾ, ਬਾਬੇ ਦੇ ਨਾਂ ਤੇ ਆ ਬਾਬਾ ਜਾਣੇ। ਜਦੋਂ ਭਾਜੀ ਅਸੀਂ ਉੱਥੇ ਹੋਸਪਿਟਲ ਬੜੇ ਨਾ, ਸਭ ਤੋਂ ਦੁਨੀਆ ਨੀ ਸੰਭਾਲੀ ਗਏ, ਮੈਂ ਦੇਖਿਆ, ਮੈਂ ਉੱਥੇ ਗਿਆ ਸੀ, ਸਾਤੋਂ ਦੁਨੀਆ ਨੀ ਸੰਭਾਲੀ ਗਈ। ਉਹ ਉਸ ਟਾਈਮ ਅਸੀਂ 250 ਸਰਜਰੀਆਂ ਕੀਤੀਆਂ, ਫਿਰ 250 300 250 300 ਸਰਜਰੀ ਹਰ ਸਾਲ ਉੱਥੇ ਹੁੰਦੀ ਆ, 4-4 ਦਿਨ ਦੇ ਲੰਗਰ ਚੱਲਦੇ ਨੇ ਉੱਥੇ। ਤੇ ਮੈਂ ਫਿਰ ਸਾਰੇ ਦੂਏ ਬੰਦ ਕਰਕੇ ਮੈਂ ਉੱਥੇ ਇੱਕੋ ਹੀ ਜਗ੍ਹਾ ਤੇ ਲੱਗ ਗਿਆ। ਪਿੰਡਾਂ ਦੇ ਲੋਕ ਨੇ, ਉਹਨਾਂ ਨੂੰ ਜ਼ਰੂਰਤ ਆ, ਉਹਨਾਂ ਨੂੰ ਉਹ ਚੀਜ਼ ਦੀ ਨਾ ਭੁੱਖ ਸੀ। ਫਿਰ ਅਸੀਂ ਉੱਥੇ ਸੋਰੀ ਤੁਹਾਡੀ ਕੱਟ ਰਹੀ ਹਾਂ, ਇੱਕ ਇਹਦੇ ਵਿੱਚ ਫਿਰ ਮਿਸ ਨਾ ਹੋ ਜਾਵੇ, ਬੜਾ ਇੰਪੋਰਟੈਂਟ ਪੁਆਇੰਟ ਤੁਹਾਡੇ ਨਾਲ ਅਸੀਂ ਸੁਣਨ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਲੰਗਰ ਦਾ ਫਲਸਫਾ ਹੈ ਜਿਹੜਾ ਬਾਬਾ ਗੁਰੂ ਨਾਨਕ ਦੇ 20 ਰੁਪਈਆਂ ਤੋਂ ਸ਼ੁਰੂ ਹੋਇਆ, ਉਹ ਤੁਸੀਂ ਲੰਗਰ ਬਹੁਤ ਵਰਤਾਇਆ, ਕੀ ਸੋਚ ਹੁੰਦੀ ਉਹਦੇ ਪਿੱਛੇ? ਬਾਬਾ ਗੁਰੂ ਨਾਨਕ ਨਾਲ ਰਿਲੇਟ ਕਰਕੇ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਨਾ, ਤੇ ਇਹਦੇ ਕਿਉਂਕਿ ਸੁਣਨ ਵਾਲਿਆਂ ਦੇ ਵਿੱਚ ਮੁਸਲਿਮ ਵੀ ਹਨ, ਸਿੱਖ ਵੀ ਹਨ, ਹਿੰਦੂ ਵੀ ਹਨ, ਸਾਰੇ ਮਜ਼ਹਬਾਂ ਦੇ ਲੋਕ, ਤਾਂ ਕਿ ਬਾਕੀਆਂ ਨੂੰ ਪਤਾ ਚੱਲੇ ਕਿ ਲੰਗਰ ਦਾ ਫਲਸਫਾ ਹੈ।
ਮੈਨੂੰ ਪੂਰੀ ਤੁਹਾਡੀ ਸਮਝ ਨਹੀਂ ਲੱਗੀ ਇਹਦੇ। ਮੈਂ ਮੇਰਾ ਸਵਾਲ ਇਹ ਹੈ ਕਿ ਜਿਹੜਾ ਲੰਗਰ ਦਾ ਫਲਸਫਾ ਹੈ, ਜਿਹੜਾ ਤੁਸੀਂ ਲੰਗਰ ਹਰ ਜਗ੍ਹਾ ਤੇ ਡਿਸਟ੍ਰੀਬਿਊਟ ਕਰਦੇ ਹੋ, ਹਾਂਜੀ, ਇਹ ਬਾਬਾ ਨਾਨਕ ਤੋਂ ਜਿਹੜਾ 20 ਰੁਪਇਆ ਤੋਂ ਸ਼ੁਰੂ ਹੁੰਦਾ ਹੈ, ਅੱਜ ਤੱਕ ਜਾਰੀ ਹੈ। ਇਹਦੀ ਡਿਟੇਲ ਦੱਸੋ ਕਿ ਕੀ ਫਲਸਫਾ ਕੀ ਹੈ, ਇਹਦੇ ਪਿੱਛੇ ਕਿਹੜੀ ਮਿੱਥ ਹੈ, ਕਿਹੜੀ ਇਨਸਾਨੀ ਮਿਰਾਜ ਹੈ, ਉਹ ਪਲੀਜ਼ ਦੱਸੋ। ਇਹ ਬਾਬਾ ਜੀ ਨੇ ਜਦੋਂ ਛੂਟਖਾਣੇ ਮੰਡੀ ਦੇ ਵਿੱਚ 20 ਰੁਪਈਏ ਦਿੱਤੇ, ਸਾਧਾ ਨੂੰ ਖਿਲਾਇਆ, ਲੰਗਰ ਸਿਖਾਇਆ, ਉਹ ਵਪਾਰ ਕਰਨ ਗਏ ਸੀ, ਉਹਨਾਂ ਦੇ ਪਿਤਾ ਜੀ ਨੇ 20 ਰੁਪਈਏ ਦਿੱਤੇ ਸੀ। ਇਹ ਤੇ ਮਤਲਬ ਹਰ ਇੱਕ ਆਦਮੀ ਜਾਣਦਾ ਹੀ ਹੈਗਾ। ਉਦੋਂ ਦੀ ਇੱਕ ਪਰੰਪਰਾ ਤੁਰ ਪਈ ਆ ਸਾਡੇ ਪੁਰਾਤਨ ਸਮੇਂ ਦੇ ਵਿੱਚ, ਜਦੋਂ ਪੈਸਾ ਨਹੀਂ ਸੀ ਹੁੰਦਾ ਮਾਵਾਂ ਦੇ ਕੋਲ, ਜਦੋਂ ਉਹ ਗੁਰਦੁਆਰੇ ਜਾਂਦੀਆਂ ਹੁੰਦੀਆਂ ਸੀ, ਅਸੀਂ ਛੋਟੇ ਛੋਟੇ ਹੁੰਦੇ ਸੀ, ਅਸੀਂ ਦੇਖਦੇ ਜੇ ਥਾਲੀ ਲੈ ਲੈਣੀ, ਥਾਲੀ ਦੇ ਵਿੱਚ ਦਾਣੇ ਪਾ ਕੇ ਲੈ ਜਾਣੇ ਉਹਨਾਂ ਨੇ, ਉਹਦਾ ਮੱਥਾ ਟੇਕਦੇ ਹੁੰਦੀਆਂ ਸੀਗੀਆਂ। ਕਿਸੇ ਨੇ ਕੌਲੀ ਵਿੱਚ ਗੁੜ ਪਾ ਲੈਣਾ, ਸ਼ੱਕਰ ਪਾ ਲੈਣੀ, ਕਿਸੇ ਨੇ ਆਟਾ ਪਾ ਕੇ ਉੱਥੇ ਦੇ ਆਉਣਾ। ਉਹ ਤੁਰਦਾ ਤੁਰਦੀ ਰਿਵਾਜ ਜਿਹੜਾ ਸੀਗਾ ਉੱਥੇ ਗੁਰਦੁਆਰਿਆਂ ਦੇ ਵਿੱਚ, ਉਹ ਰਸਤ ਇਕੱਠੀ ਹੋਈ ਜਾਂਦੀ ਆ, ਉਹਦਾ ਉਹ ਲੰਗਰ ਚਲਾਈ ਜਾਂਦੇ ਨੇ, ਠੀਕ ਨੀ। ਉਹ ਲੰਗਰ ਜਿਹੜਾ ਸੀਗਾ, ਉਹ ਲੰਗਰ ਇੰਨਾ ਮਸ਼ਹੂਰ ਹੋ ਗਿਆ ਤੇ ਦੁਨੀਆਂ ਦੇ ਉੱਤੇ ਹਰ ਇੱਕ ਗੁਰਦੁਆਰੇ ਦੇ ਵਿੱਚ ਲੰਗਰ ਕਦੇ ਖਤਮ ਨਹੀਂ ਹੁੰਦਾ। ਮੈਂ ਇੱਕ ਅਜੀਬ ਜੀ ਤੁਹਾਨੂੰ ਗੱਲ ਦੱਸਦਾ ਕਿ ਜਿਹੜੇ ਛੂਟਖਾਣਾ ਮੰਡੀ ਆ, ਉਹ ਇੱਕਦਮ ਟਿਆ ਹੋਇਆ ਸੀ ਗੁਰਦੁਆਰਾ। ਮੈਨੂੰ ਹੁਣ ਯਾਦ ਆ ਕਿ 95 ਦੇ ਵਿੱਚ ਮੈਂ ਉੱਥੇ ਜਦੋਂ ਗਿਆ ਤੇ ਅੰਦਰ ਗਿਆ ਤੇ ਉੱਥੇ ਸੈਂਸੀ ਹੁੰਦੇ ਸੀ, ਰਹਿੰਦੇ ਸੈਂਸੀਆਂ ਨੂੰ ਮੈਂ ਪੁੱਛਿਆ ਕਿ ਲੰਗਰ ਹਾਲ ਦੇ ਥੰਬਲੇ ਖੜੇ ਸੀ, ਥੱਲੇ ਟਾਈਲਾਂ ਲੱਗੀਆਂ ਫਰਸ਼ ਦੇ ਉੱਤੇ, ਮੈਂ ਉਹਨੂੰ ਪੁੱਛਿਆ ਯਾਰ ਇਹ ਤੁਸੀਂ ਕੁਛ ਬਣਾ ਰਹੇ ਆ? ਉਹ ਭਰਮੀ ਆਵਾਜ਼ ਦੇ ਵਿੱਚ ਉਹਨੂੰ ਬੜੀ ਕਿਹਾ, ਉਹ ਨਹੀਂ ਜੀ ਇਹ ਉਦੋਂ ਦੇ ਖੜੇ ਜਦੋਂ ਦੇ ਸਿੱਖ ਉੱਜੜ ਕੇ ਗਏ। ਉਹ ਮੈਂ ਥੰਬਲੇ ਨੂੰ ਜਾ ਕੇ ਜੱਫੀ ਪਾਈ, ਯਾਰ ਹਜੇ ਵੀ ਤੁਸੀਂ ਸਿੱਖਾਂ ਨੂੰ ਉਡੀਕਦੇ ਨੇ। ਉੱਥੇ ਅਰਦਾਸਾਂ ਕੀਤੀਆਂ। ਪੀਟਰ ਜੌਨ ਸਹੋਤਰਾ ਘੱਟ ਗਿਣਤੀਆਂ ਦਾ ਮਨਿਸਟਰ ਸੀ ਫੈਸਲਾਬਾਦ ਤੋਂ, ਉਹਨੂੰ ਮੈਂ ਇਨਵੀਟੇਸ਼ਨ ਦੇ ਕੇ ਇੱਥੇ ਸੱਦਿਆ ਟੋਰਾਂਟੋ ਦੇ ਵਿੱਚ, ਤੇ ਉਹਦੇ ਨਾਲ ਅਸੀਂ ਗੱਲ ਕਰਕੇ ਉਹ ਜਿਹੜਾ ਸੱਚਾ ਸੌਦਾ ਗੁਰਦੁਆਰਾ ਉੱਥੋਂ ਸੈਂਸੀ ਕਢਵਾਏ ਤੇ ਉਹਦੀ ਰੈਨੋਵੇਸ਼ਨ ਕਰਵਾ ਕੇ 2000 ਦੇ ਵਿੱਚ, ਇਹ 2000 ਦੇ ਵਿੱਚ ਮੈਂ ਉੱਥੇ ਘੁੰਮ ਰਿਹਾ ਸੀ। ਮੈਂ ਟਰੱਕਾਂ ਚੋਂ ਫੇਲ ਹੋਇਆ। ਮੈਂ ਕਿਹਾ ਬਾਬਾ ਇੱਕ ਤੂੰ ਆ ਇੱਕ ਮੈਂ ਆ, ਤੇ ਸਾਡੇ ਵਿਚਾਲੇ ਤਾਂ ਕੋਈ ਨੀ ਹੈ, ਵੀ ਤੂੰ 20 ਰੁਪਈਏ ਦਿੱਤੇ, 700 ਮੁਰੱਬਾ ਤੇਰੇ ਨਾਂ ਤੇ ਆ। ਯਾਰ ਮੈਨੂੰ ਹਿੰਮਤ ਬਖਸ਼ ਦੇ ਬਾਬਾ, ਮੈਂ 20 ਟੋਕਰੇ ਮਠਿਆਈ ਦੇ ਤੇਰੇ ਦਰ ਤੇ ਲੈ ਕੇ ਆ, 20 ਟੋਕਰੇ। ਮੈਂ ਇੱਥੇ ਆ ਕੇ ਗੱਲ ਕੀਤੀ, ਕਿਸੇ ਨੇ $10 ਦਿੱਤੇ, ਕਿਸੇ ਨੇ $20 ਦਿੱਤੇ, ਕਿਸੇ ਨੇ $100 ਦਿੱਤੇ, ਮੇਰੇ ਕੋਲ ਪੈਸੇ ਕਿੰਨੇ ਹੋ ਗਏ? ਉਹਨਾਂ ਨੇ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ, ਉਹ ਮੈਂ ਕਿਹਾ ਵੀ ਤੂਤ ਦੇ ਜਿਹੜੇ ਟੋਕਰੇ ਬਣੇ ਹੁੰਦੇ ਆ ਨਾ ਪੁਰਾਣੇ ਟਾਈਪ, ਉਹਨਾਂ ਦੇ ਵਿੱਚ ਮੈਨੂੰ 20 ਟੋਕਰੇ ਭਰ ਕੇ ਮਠਿਆਈ ਦੇ ਦੇਣੇ। ਉਹਨਾਂ ਨੇ ਹਲਵਾਈ ਲਾ ਲਿਆ ਜੀ, ਟੋਕਰੇ ਉੱਥੇ ਪਹੁੰਚ ਗਏ। ਜਦੋਂ ਟੋਕਰੇ ਪਹੁੰਚੇ ਤੇ ਲੋਕ, ਤੁਹਾਨੂੰ ਪਤਾ ਵੀ ਸਿੰਧੀ ਬੜੇ ਆਉਂਦੇ ਨੇ, ਉਹ ਲੋਕਾਂ ਨੇ ਇਹ ਨੀ ਕਿਹਾ ਵੀ ਮਠਿਆਈ ਖਾਣੀ, ਉਹ ਕਹਿੰਦੇ ਪ੍ਰਸ਼ਾਦ ਆ ਗੁਰਦੁਆਰੇ, ਉਹ ਤੇ ਬੁੱਕ ਭਰ ਭਰ ਕੇ ਹੋਰ ਦਿਓ ਹੋਰ ਦਿਓ, ਉਹ ਘਰਾਂ ਨੂੰ ਲੈ ਜਾਂਦੇ ਨੇ। ਅੱਜ ਰਜਾ ਸਾਹਿਬ 20 ਸਾਲ ਉਹ ਮਠਿਆਈ ਚੱਲ ਕੇ ਬੰਦ ਹੋਈ ਆ ਮੇਰੀ। ਮੈਨੂੰ ਨੀ ਪਤਾ ਮੈਂ ਕਿੱਥੋਂ, ਅੱਜ ਬੱਚੇ ਆ
ਉਹ ਡੈਡ ਤੂੰ ਕੁਛ ਨੀ ਕਰਨਾ ਆਰਾਮ ਨਾਲ ਬੈਠ। 350 ਟਰਬੋ ਡੀਜ਼ਲ ਮਰਸੀਡੀਜ਼ ਦੜ ਤੇ ਖੜੀ ਆ, ਮੈਂ ਉਹਨੂੰ ਚਲਾਉਂਦਾ ਹੀ ਨੀ, ਕੁਲੀ ਪੇਡ ਘਰ ਨੇ, ਇੱਥੇ ਘਰ ਆ, ਇੰਡੀਆ ਦੇ ਵਿੱਚ ਘਰ ਆ, ਉਹਦੀ ਇੰਨੀ ਬਖਸ਼ਿਸ਼ ਹੋਈ, ਇੰਨੀ ਬਖਸ਼ਿਸ਼ ਹੋਈ। ਤੇ ਹੁਣ ਦਿੱਲੀ ਲੰਗਰ ਲਾਇਆ ਹੋਇਆ ਸੀਗਾ ਕਿਸਾਨਾਂ ਵਾਸਤੇ, 3 ਮਹੀਨੇ ਲੰਗਰ ਚੱਲਿਆ, ਮੈਨੂੰ ਨੀ ਪਤਾ ਕਿ ਉਹ ਪੈਸਾ ਮੇਰੇ ਕੋਲ ਕਿੱਥੋਂ ਆਇਆ, $35,000 ਮੈਂ ਉੱਥੇ ਲਾ ਚੁੱਕਿਆ, ਹੁਣ ਮੈਂ ਬੰਦ ਕਰ ਦਿੱਤਾ। ਬਿਲਕੁਲ।